ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਲੰਮਾ ਸਮਾਂ ਹੋ ਗਿਆ ਹੈ ਧਰਨੇ ਤੇ ਬੈਠਿਆ। ਅਜੇ ਤੇ ਗੱਲ ਕਿਸੇ ਸਿਰੇ ਲੱਗਦੀ ਨਜ਼ਰ ਨਹੀਂ ਆਉਂਦੀ। ਅਜਿਹੀ ਹਾਲਤ ਵਿਚ ਪਿੱਛੇ ਰਹਿੰਦੇ ਲੋਕਾਂ ਦੇ ਜੋਸ਼ੋ ਖਰੋਸ਼ ਨੂੰ ਕਾਇਮ ਰੱਖਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਲੀ ਦੇ ਨਾਲ ਨਾਲ ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚ ਵੀ ਅੰਦੋਲਨ ਚਲਾਇਆ ਜਾ ਰਿਹਾ ਹੈ। ਆਏ ਦਿਨ ਅੰਦੋਲਨ ਨੂੰ ਨਵਾਂ ਰੂਪ ਦੇ ਦਿੱਤਾ ਜਾਂਦਾ ਹੈ। ਕਿਸਾਨਾਂ ਨੇ ਲੰਮੇ ਅੰਦੋਲਨਾਂ ਦਾ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਅੰਦੋਲਨ ਦੇ ਨਵੇਂ ਪੜਾਅ ਵਜੋਂ ਹੀ 18 ਫਰਵਰੀ 2021 ਨੂੰ ਦੇਸ਼ ਭਰ ਵਿਚ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ। ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਵੀ ਕਿਸਾਨਾਂ ਅਤੇ ਕਿਸਾਨ ਸਮਰਥਕਾਂ ਦੇ ਜਥੇ ਲਗਾਤਾਰ ਰੇਲਵੇ ਸਟੇਸ਼ਨਾਂ ਤੇ ਪੁੱਜਦੇ ਰਹੇ। ਇਸ ਸੱਦੇ ਦਾ ਅਸਰ ਸਾਰੇ ਰੇਲ ਰੂਟਾਂ ਤੇ ਦੇਖਿਆ ਗਿਆ। ਸੰਯੁਕਤ ਮੋਰਚਾ ਨੇ ਜਿੱਥੇ ਗੀਤ ਸੰਗੀਤ ਅਤੇ ਭਾਸ਼ਾ ਨਾਲ ਆਪਣੀਆਂ ਮੰਗਾਂ ਬਾਰੇ ਦੁਹਰਾਇਆ, ਉੱਥੇ ਚਾਹ ਅਤੇ ਦਾਲ ਰੋਟੀ ਦੇ ਲੰਗਰ ਨਾਲ ਸਟੇਸ਼ਨ ਤੇ ਰੋਕੀਆਂ ਗਈਆਂ ਗੱਡੀਆਂ ਦੇ ਮੁਸਾਫਰਾਂ ਅਤੇ ਟ੍ਰੇਨਾਂ ਉਡੀਕਦੇ ਯਾਤਰੀਆਂ ਨੂੰ ਵੀ ਇਹ ਲੰਗਰ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਛਕਾਇਆ ਗਿਆ। ਇਸ ਮੌਕੇ ਲੋਕ ਪੱਖੀ ਪੱਤਰਕਾਰ ਸਤੀਸ਼ ਸਚਦੇਵਾ ਅਤੇ ਜਸਵੰਤ ਜ਼ੀਰਕ ਨੇ ਕਵਰੇਜ ਲਈ ਆਏ ਮੀਡੀਆ ਨੂੰ ਅਟੈਂਡ ਕਰਨ ਦੀ ਜਿੰਮੇਵਾਰੀ ਵੀ ਨਿਭਾਈ। ਸੱਭਿਆਚਾਰਕ ਫਰੰਟ ਤੇ ਅਕਸਰ ਸਰਗਰਮ ਰਹਿਣ ਵਾਲੇ ਕਾਮਰੇਡ ਕਸਤੂਰੀ ਲਾਲ ਨੇ ਗੀਤ ਸੰਗੀਤ ਵਾਲੇ ਕਲਾਕਾਰਾਂ ਦਾ ਵੀ ਉਚੇਚਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਮਾਂ ਦਿਵਾਉਣ ਲਈ ਪ੍ਰਬੰਧਾਂ ਵਿਚ ਹਿੱਸਾ ਵੀ ਵੰਡਾਇਆ। ਸ਼ਹੀਦ ਭਗਤ ਸਿੰਘ ਜੀ ਦੇ ਭਾਂਜੇ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਦੀ ਅਗਵਾਈ ਹੇਠ ਵੱਖ ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ। ਖੁਦ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੇ ਇਸ ਮੋਰਚੇ ਦੀ ਲੋੜ ਅਤੇ ਅਹਿਮੀਅਤ ਦੇ ਇੱਕ ਇੱਕ ਪੱਖ ਬਾਰੇ ਬੜੇ ਹੀ ਵਿਸਥਾਰ ਨਾਲ ਸਮਝਾਇਆ। ਮੋਲਡਰ ਐਂਡ ਸਟੀਲ ਵਰਕਰਸ ਯੂਨੀਅਨ ਦੇ ਆਗੂ ਕਾਮਰੇਡ ਹਰਜਿੰਦਰ ਸਿੰਘ ਨੇ ਬੜੇ ਹੀ ਜੋਸ਼ੋ ਖਰੋਸ਼ ਨਾਲ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਤਿੱਖਾ ਵਿਰੋਧ ਕੀਤਾ। ਨੌਜਵਾਨਾਂ ਅਤੇ ਇਸਤਰੀਆਂ ਨੇ ਵੀ ਇਸ ਧਰਨੇ ਵਿਚ ਵੱਧ ਚੜ ਕੇ ਸ਼ਮੂਲੀਅਤ ਕੀਤੀ। ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਅਤੇ 2 ਦੇ ਦਰਮਿਆਨ ਪੈਂਦੀਆਂ ਰੇਲਵੇ ਲਾਈਨਾਂ ਨੂੰ ਧਰਨਾਕਾਰੀਆਂ ਨੇ ਮੱਲਿਆ ਹੋਇਆ ਸੀ। ਕਈ ਧਰਨਾਕਾਰੀ ਤਾਂ ਰੇਲਵੇ ਲਾਈਨ ਤੇ ਹੀ ਲੰਮੇ ਪਏ ਹੋਏ ਸਨ। ਲੰਗਰ ਦੇ ਪ੍ਰਬੰਧ ਵਿਚ ਪੁਰਸ਼ਾਂ ਦੇ ਨਾਲ ਨਾਲ ਇਸਤਰੀਆਂ ਨੇ ਵੀ ਸਰਗਰਮ ਸਹਿਯੋਗ ਦਿੱਤਾ। ਲੰਗਰ ਛਕਣ ਵਾਲਿਆਂ ਵਿਚ ਰੇਲਵੇ ਦਾ ਸਟਾਫ ਵੀ ਸ਼ਾਮਿਲ ਸੀ। ਇਸ ਧਰਨੇ ਸਮੇਂ ਪੁਲਿਸ ਦਾ ਵੀ ਭਾਰੀ ਪ੍ਰਬੰਧ ਸੀ। ਅੱਜ ਅਸੀਂ ਇੱਥੇ ਲੁਧਿਆਣਾ ਇਕੱਠੇ ਹੋਏ ਹਾਂ ਕਿਉਂਕਿ 4 ਘੰਟੇ ਦਾ ਰੇਲਵੇ ਬੰਦ ਹੈ ਜਿਹੜਾ ਸੱਦਾ ਸੀ ਉਹਦੇ ਉੱਤੇ, ਔਰ ਇਹ ਬਹੁਤ ਅਹਿਮ ਹੈ ਕਿ ਇਹਦੇ ਨਾਲ ਅਸੀਂ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਰੇਲਵੇ ਕੱਲ੍ਹ ਤੱਕ ਕਮਾਊ ਰੇਲਵੇ ਸੀ ਅੱਜ ਹੁਣ ਵਿਕਾਊ ਰੇਲਵੇ ਉਹਨੂੰ ਟੁਕੜੇ ਟੁਕੜੇ ਕਰਕੇ ਵੇਚਿਆ ਜਾ ਰਿਹਾ। ਔਰ ਦੂਜੇ ਪਾਸੇ ਜਿਹੜਾ ਕਿਸਾਨ ਜਥੇਬੰਦੀਆਂ ਦਾ ਸੁਨੇਹਾ ਹੈ ਕਿ ਚਾਰੇ ਕਾਨੂੰਨ ਜਿਹੜੇ ਨੇ ਉਹ ਰੱਦ ਹੋਣੇ ਚਾਹੀਦੇ ਨੇ ਔਰ MSP ਦਾ ਕਾਨੂੰਨ ਬਣਨਾ ਚਾਹੀਦਾ, ਔਰ ਇਹਦੇ 'ਚ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਇੱਕ ਬੰਨੇ ਅਤੇ ਇਹ ਜਿਹੜੇ ਇਨਵਾਇਰਮੈਂਟ ਇੰਪੈਕਟ ਰਿਪੋਰਟ ਹੈ ਉਹਦੇ ਤੋਂ ਸਭ ਮਤਲਬ ਇਸੇ ਹੀ ਕਰੋਨਾ ਦੇ ਵਿੱਚ ਉਹਨਾਂ ਨੇ ਇੱਕ ਆਰਡੀਨੈਂਸ ਰਾਹੀਂ ਉਹਨੂੰ ਖਤਮ ਕੀਤਾ ਹੈ ਜਦੋਂ ਕਿ ਕਿਸਾਨਾਂ ਉੱਤੇ ਕਰੋੜਾਂ ਰੁਪਏ ਦਾ ਜੁਰਮਾਨਾ ਲਾਉਣ ਦਾ ਕੀਤਾ ਹੈ। ਇਹ ਦੋਗਲੀ ਨੀਤੀ ਜਿਹੜੀ ਹੈ ਕਿ ਕਿਸਾਨਾਂ ਨੂੰ ਹਰ ਤਰ੍ਹਾਂ ਤੰਗ ਕੀਤਾ ਜਾਵੇ, ਔਰ ਮੈਨੂੰ ਲੱਗਦਾ ਕਿ ਉਹਦੇ ਵਿੱਚੋਂ ਹੀ ਉਹ ਇਹ ਵੀ ਟੈਸਟ ਕਰ ਰਹੇ ਨੇ ਕਿ ਕੀ ਲੋਕ 100 ਰੁਪਏ ਦੇ ਮਤਲਬ ਪੈਟਰੋਲ ਉੱਤੇ ਔਰ 99 ਰੁਪਏ ਦੇ ਡੀਜ਼ਲ ਉੱਤੇ ਵੀ ਆਵਾਜ਼ ਉਠਾਉਂਦੇ ਨੇ ਕਿ ਨਹੀਂ ਉਠਾਉਂਦੇ। ਅੱਜ ਵਕਤ ਹੈ ਇਹਦੇ ਵਿੱਚ ਕਿਉਂਕਿ ਇਹ ਘੋਲ ਇੱਕ ਬਹੁਤ ਲੰਬਾ ਚੱਲਣ ਵਾਲਾ ਘੋਲ ਹੈ ਕਿਉਂਕਿ ਜਿਸ ਸਿਦਕ ਦੇ ਨਾਲ ਸਬਰ ਦੇ ਨਾਲ ਇਹ ਘੋਲ ਨੂੰ ਲੜਿਆ ਜਾ ਰਿਹਾ ਉਹਦੇ ਵਿੱਚ ਇਸ ਕਰਕੇ ਇਹ ਹੈ ਕਿ ਵੀ ਮਤਲਬ ਜਦੋਂ ਤੱਕ ਵੀ ਚੱਲੋਗੇ ਜਿਹੜੀ ਗੱਲ ਇਹ ਕਹੀ ਗਈ ਕਿ 2 ਅਕਤੂਬਰ ਤੱਕ ਵੀ ਅਸੀਂ ਚੱਲਾਂਗੇ, ਪਰ ਉਹਦੇ ਵਿੱਚ ਇਹ ਵੀ ਹੈ ਕਿ ਹਰ ਪਿੰਡ ਵਿੱਚ ਕੱਲ੍ਹ ਵੀ ਇੱਕ ਭੀਖੀ ਬਹੁਤ ਵੱਡੀ
महापंचायत सी उहदे विच वी फैसला किया गया कि पिंड जिहड़े ने उह सांझे हो के मतलब अपनी खेती नूं वी सांभण गए और जिहड़ा मोर्चा है उहनूं वी मजबूती दे नाल अगे वधाया जाएगा। सो इस करके कोई मन च शंके शुबे लियाउण दी लोड़ नहीं है, सानूं एकता वल नूं वधणा चाहीदा है। सगो इहदे नाल इह वी है कि पिंड जिहड़ा है उह अपने आप नूं मतलब संगठित करे और जिहड़ियां असल जरूरतां ने जिवें खाद की खाने की जरूरत है और वो ही पढ़ाई की जरूरत है, सेहत की जरूरत है, इनू भी मतलब पिंड आप भी सामभना शुरू करे, क्योंकि जिमें नारा लग रहा है कि असी लोगों अपनी अपनी ताकत से विश्वास रखना है। और ये याद करवाता है कि गुरु तेग बहादुर साहब ने अपनी शहादत तो बाद जिहड़ा एक सुनेहा भेजा सी जिहड़ा उन्होंने श्लोकों के अंकित है वह एक आखिरी दोहरा सी कि बल छुटक्यो बंधन पड़े किशु ना हो तो पाए, कि अगर तुसी निर्बल हो जाते हो फिर तुसी बंधन विच हो फिर तुसी छुट नहीं सकते। और उहदे अगले ही श्लोक विच उन्होंने उहदा हल दिता सी, बल हुआ बंधन छूटे सब कुछ हो तो पाए, नानक तुमरे हाथ में तुम ही होए सहारा, कि तुसी अपना सहारा आप बनना तुहाडे ही हाथ में है लेकिन जे तुसी बलवान हो। और जिहड़ियां अज चालां चलियां जा रहियां ने उह लोकां नूं लगातार निर्बलता और कमज़ोर करन दियां ने और उहदे विच बलवान होण दी जिहड़ी है उह चाल साडे कोल इही है कि एकता नाल असीं जिहड़े वखरेवे ने उहनां नूं खतम करांगे। और इस लहर ने बहुत कुछ अचीव कर लिया। जदों मैं हरियाणे विच सी उत्थों दियां जिहड़ियां साडियां भैणां सन जदों वो ये कह रही सी कि तुसी होर काम करो, आ जिहड़े मोर्चे बंधे हुए ने टोल दे उत्ते ये ते असीं बुलावांगे, तो जदों इस लहर ने बहुत वड्डी चेतनता पैदा की है, नौजवानों नूं भी उन्हां दे भविख लई खड़े होण लई लड़ी जांदी है। तो इस करके कि इहनूं इसे माहौल विच जिहड़ियां साडियां जथेबंदियां ने उन्हां दी सांझी अगवाई विच असीं इहनूं जित तक लै के जाइए। सो बहुत बहुत धन्यवाद। अज भारत गया लुधियाने रेलवे स्टेशन के उत्ते वख वख जथेबंदियों वालों बहुत वड्डा इकट्ठ किया गया इस चक्का जाम करन लई, क्योंकि साडे देश की भारत की मोदी सरकार जिहड़ी देसी विदेशी कारपोरेटा अडानी अंबानी वर्गियां होर अमीर बनाने लई लोगों की लुट करके उन्होंने झोलियां भर रही है, उसके खिलाफ अज भारत भर के लोगों की आवाज़ उठ रही है। इस सरकार ने पिछले समय से सारे लोग जानते हैं कि किवें साडे कमाऊ अदारे भावें वह रेलवे होवे भावें बिजली महकमा होवे टैलीफोन महकमा होवे सेहत विभाग होवे विद्या विभाग होवे वो सारे महकमे इन्होंने उन्हें लोगों के हत्थों के बेच दिते है। अज जिहड़ा इक्को इक अदारा खेतीबाड़ी का सी उन्हूं भी उन्हां लोकां दे हत्थां विच देण लई तत्पर हुई है, क्योंकि ये अदारा जिहड़ा पूरे भारत का पेट भर रहा है, ये लोग इस अदारे इस खेतीबाड़ी के जो कुछ भी पैदा होंगे उन्हें भी अपने हाथ के रखना चाहते हैं, क्योंकि ये चाहते हैं भाई लोग साड़ी मर्जी नाल खान साड़ी मर्जी नाल पहन, असी जो चाहते हैं वह कुछ ही लोग कर। लोगों अज चंगी तरह इन्हों की इस नीति का स्पष्ट तौर पर समझ लग गई है, जिदे कारण दिल्ली के भारत दख स्टेटा के बख सूबे दसान जथेबंदियां मजदूर जथेबंदियां मुलाजम जथेबंदियां जिन्होंने दिल्ली में चारे पासों घेरा पाया होया इस सरकार को इस खेती के खिलाफ जोड़े कानून बनाए हैं उन्होंने रद्द करवाने, पर यह हुकूमत कस तो मस भी हो रही अजे तक, भावें पिछले समय के बहुत बड़े अंदोलन भावें इस पद्धर के अंदोलन नहीं हुए, पर अज आने वाले समा यह दसदा सानू भाई जदों तक देश के लोग उठ के इतों दुट करने वाली सरकारों के खिलाफ तो वह लुट कि लोगों को करवाना चाहदिया ने अडानी वालिया तो उन्होंने खिलाफ
उठ के संघर्ष नहीं आते उदों तक ये सारा कुछ इस तरह ही साड़ी रियासत के काबज रहेंगे। तो सानू खास तौर पर इन लोगों वालों उन्होंने राही प्रचारिया जाता जोड़े इतों के धार्मिक लोग कहते हैं सानू कहा जाता भी मनुख जो इस धरती के उत्ते माड़ी जिंदगी बतीत कर रहा है वह पिछले ये जन्म करना का फल है। पर असी तरछी सैदी वालों ये सिद्ध कर चुके हैं कई कई इस धर्मराज या कोई ब्यो माता इस मनुख की किस्मत नहीं लिखती, वो किस्मत लिखने वाले लोग इतों का गलत राज प्रबंध चलाने वाले लोग लिखते हैं। 1947 तो पहला ये लोग इंग्लैंड से बैठे से जोड़े उतों तरह तरह के कानून बना के भारत के लोगों को गुलाम बनाने लिए इतने कानून ठोसना चाहते थे। पर साडे शहीदा ने साडे गदरी बाबिया ने उन्होंने शहीदा कानूनों के खिलाफ उठ के बगावत की सड़कों पर आए मुजहरे किए उन्होंने खिलाफ लड़े अज फिर ये सरकार दोबारा फिर उन्होंने लुटेरिया कंपनियां उन्होंने लुटेरे इतना लोगों भारत के रियासतों के उत्ते काबज रहने उन्होंने लोगों को देश में बेचना इन्होंने लाया हुआ। सो पिछले समय से देखिए भी किमें बीजेपी सरकार जो होने चाहिए 2014 इन्हों अडानी वालिया ने अपने हवाई जहाज तक दिते इन्होंने अपना प्रचार करने लिए तो जिहड़ियां दूजियां पार्टियां ने उन्हां दीआं नरेकियां कारण यह काबज होए ने साडी सत्ता दे उत्ते ते अज लोकां नूं सारा कुछ समझ लग गई है कि लोग जदों तक इन्हां तों छुटकारा नहीं पवा लैंदे उदों तक यह संघर्ष साडा जारी रहेगा। तो उन्हां शहीदां दे ओह कहे इनकलाब जिंदाबाद साम्राज्यवाद मुर्दाबाद दा नारा जिहड़ा ਉਹ ਬੁਲੰਦ ਕਰਨ ਲਈ ਲੋਕ ਅੱਜ ਇੱਕਜੁੱਟ ਨੇ ਅਤੇ ਉਹ ਉਦੋਂ ਤੱਕ ਇੱਕਜੁੱਟ ਰਹਿਣਗੇ ਜਦੋਂ ਤੱਕ ਇਹਨਾਂ ਲੁਟੇਰੇ ਲੋਕਾਂ ਨੂੰ ਇੱਥੋਂ ਭਾਰਤ ਦੀ ਧਰਤੀ ਤੋਂ ਦਫ਼ਨ ਕੀਤਾ। ਮੈਂ ਹਰਜਿੰਦਰ ਸਿੰਘ ਪ੍ਰਧਾਨ ਮੋਡਰੇ ਨਸ਼ੀਲ ਵਰਗ ਜੋਨ ਅੱਜ ਸੰਯੁਕਤ ਮੋਰਚੇ ਦੇ ਸੱਦੇ 'ਤੇ 4 ਘੰਟੇ 12 ਤੋਂ 4 ਵਜੇ ਤੱਕ ਰੇਲਵੇ ਦਾ ਚੱਕਾ ਜਾਮਾ ਭਾਰਤ ਵਿੱਚ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਤੇ ਮੁੱਖ ਸਟੇਸ਼ਨ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਇੱਥੇ ਬੈਨਰ ਹੇਠ ਇਹ ਮੋਰਚਾ ਲਾਇਆ ਹੋਇਆ ਸਟੇਸ਼ਨ ਦੇ ਉੱਤੇ ਅਸੀਂ ਮੋਡਰੇ ਸ਼ੀਲਵਰ ਕੰਜੂਨ ਵੱਲੋਂ ਇਸ ਮੋਰਚੇ 'ਤੇ ਅੱਜ ਹਾਜ਼ਰੀ ਲਵਾਈ ਆ ਅਤੇ 21 ਤਰੀਕ ਨੂੰ ਬਰਨਾਲੇ ਵਿੱਚ ਕਿਸਾਨ ਮਜ਼ਦੂਰ ਮਹਾਰੈਲੀ ਹੋ ਰਹੀ ਆ ਬਹੁਤ ਵੱਡਾ ਇਕੱਠ ਉਹਦੇ ਵਿੱਚ ਛੁੱਟੀ ਦੇਣ ਹੋਣ ਕਰਕੇ ਅਸੀਂ ਇੰਡਸਟਰੀ ਵਰਕਰ ਵੱਡੇ ਪੱਧਰ 'ਤੇ ਉਹਦੇ ਵਿੱਚ ਸ਼ਾਮਿਲ ਹੋਵਾਂਗੇ ਬਰਨਾਲੇ ਰੈਲੀ ਵਿੱਚ। ਅਸੀਂ ਇਹ ਗੱਲ ਸਮਝਦੇ ਹਾਂ ਕਿ ਕੋਰੋਨਾ ਸੰਕਟ ਦੀ ਆੜ ਦੇ ਵਿੱਚ ਲੋਕਡਾਊਨ ਦੀ ਆੜ 'ਚ ਮੋਦੀ ਸਰਕਾਰ ਨੇ ਜਿੱਥੇ ਇਹ 4 ਖੇਤੀ ਦੇ ਕਾਨੂੰਨ ਉਹ ਪਾਸ ਕੀਤੇ ਨੇ ਉਸੇ ਵਿੱਚ ਕਿਰਤ ਕਾਨੂੰਨ ਜੋ ਕੁਰਬਾਨੀਆਂ ਦੀ ਬਦੌਲਤ ਮਜ਼ਦੂਰ ਜਮਾਤ ਨੇ ਲੜ ਕੇ ਲਿਆ ਸੀਗਾ ਉਹ ਕਿਰਤ ਕਾਨੂੰਨ ਦੀ ਵੀ ਸਫਲ ਭੇਟ ਦਿੱਤੀ ਗਈ ਆ। ਇਹ ਕਿਰਤ ਕਾਨੂੰਨ ਦੇ ਖਿਲਾਫ਼ ਅਸੀਂ ਵੀ ਮਜ਼ਦੂਰਾਂ ਨੂੰ ਫੈਕਟਰੀ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਜਥੇਬੰਦ ਕਰਦੇ ਹਾਂ ਕਿ ਇਹ ਜਿਹੜੀਆਂ ਸਾਮਰਾਜ ਦੇ ਪੱਖ 'ਚ ਕਾਰਪੋਰੇਟ ਘਰਾਣੇ ਦੇ ਪੱਖ 'ਚ ਜਿਹੜੇ ਕਾਲੇ ਕਾਨੂੰਨ ਨੇ ਇਹ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਇਹਨੂੰ ਸਾਂਝੀ ਲੜਾਈ ਦਾ ਰੂਪ ਦੇਣ ਵਾਸਤੇ ਪੂਰੀ ਲਾਮਬੰਦੀ ਸਾਂਝੀ ਮਜ਼ਦੂਰਾਂ 'ਚ ਵੀ ਕਰ ਰਹੇ ਹਾਂ ਤਾਂ ਕਿ ਇਹ ਜ਼ੋਰਦਾਰ ਆਵਾਜ਼ ਉੱਠੇ ਕਿ ਇਹ ਵਿਕਾਸ ਦੇ ਨਾਂ 'ਤੇ ਜਿਹੜੇ ਕਾਨੂੰਨ ਕਾਲੇ ਲਿਆਂਦੇ ਜਾ ਰਹੇ ਨੇ ਅਸਲ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਵੱਡੀਆਂ ਕੰਪਨੀਆਂ ਦਾ ਵਿਕਾਸ ਹੋ ਰਿਹਾ ਅਤੇ ਮਜ਼ਦੂਰਾਂ ਦੀ ਪਹਿਲਾਂ ਹੀ ਬਹੁਤ ਦੁਰਦਸ਼ਾ ਵਾਲੀ ਹਾਲਤ ਬਣੀ ਹੋਈ ਆ। ਪਹਿਲਾਂ ਹੀ ਮਜ਼ਦੂਰ ਫੈਕਟਰੀਆਂ ਦੇ ਵਿੱਚ ਉਹ ਲੇਬਰ ਕਾਨੂੰਨ ਦੀਆਂ ਸਹੂਲਤਾਂ ਉਹਨਾਂ ਨੂੰ ਨਹੀਂ ਮਿਲਦੀਆਂ, 12-12, 18-18 ਘੰਟੇ ਕੰਮ ਕਰਦੇ ਨੇ, ਨਗੂਨੀਆਂ ਤਨਖਾਹ 'ਤੇ ਕੰਮ ਕਰਦੇ ਸੀ। ਅੱਜ ਲੇਬਰ ਇੰਸਪੈਕਟਰ ਮਹਿਕਮੇ ਉਹ ਖਤਮ ਕੀਤੇ ਜਾ ਰਹੇ ਸੀ, ਪਰ ਜਿਹੜੇ ਮਾੜੇ ਮੋਟੇ ਹੱਕ ਸੀ ਅੱਜ ਇਹਨਾਂ ਨੇ ਖਤਮ ਕਰ ਦਿੱਤੇ ਆ। ਅਸੀਂ ਇਹ ਜ਼ੋਰ ਲਾ ਰਹੇ ਹਾਂ ਕਿ ਕਿਰਤ ਕਾਨੂੰਨ ਇਹ ਵੀ ਮਲ ਬਹਾਲ ਕੀਤੇ ਜਾਣ, ਨਵੇਂ ਕਾਨੂੰਨ ਰੱਦ ਕੀਤੇ ਜਾਣ। ਖੇਤੀ ਦੇ ਕਾਨੂੰਨ ਇਕੱਲੇ ਕਿਸਾਨਾਂ ਨੂੰ ਹੀ ਨਹੀਂ, ਇਹਦੇ ਨਾਲ ਅਨਾਜ ਦੀ ਸਮੱਸਿਆ ਹੋਣੀ ਆ, ਬੇਰੁਜ਼ਗਾਰੀ ਵਧਣੀਆਂ ਅਤੇ ਇਹਦੇ ਨਾਲ ਜਿਹੜਾ ਮੰਡੀ ਸਿਸਟਮ ਖਤਮ ਹੋਣਾ ਉਹ ਬੇਰੁਜ਼ਗਾਰੀ ਵਧੂਗੀ। ਅਸੀਂ ਇਸ ਗੱਲ ਵਾਸਤੇ ਰੁਜ਼ਗਾਰ ਦੀ ਗਰੰਟੀ ਵਾਸਤੇ ਲੜ ਰਹੇ ਹਾਂ, ਕਿਰਤ ਕਾਨੂੰਨ ਸਹੀ ਢੰਗ ਨਾਲ ਲਾਗੂ ਹੋਣ ਉਹਦੀ ਵਾਸਤੇ ਆ, ਅਤੇ ਸਭ ਨਾਲ ਜਿਹੜੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਹੋ ਰਿਹਾ ਜਿਹਦੇ ਨਾਲ ਬਿਜਲੀ ਆ, ਪਾਣੀ ਆ, ਸਿੱਖਿਆ ਵਿਭਾਗ ਆ ਉਹ ਮੁੱਠੀ ਭਰ ਲੋਕਾਂ ਨੂੰ ਦਿੱਤੇ ਜਾ ਰਹੇ ਨੇ। ਇਹਦੇ ਕਰਕੇ ਵੀ ਸਾਰਿਆਂ ਵਾਸਤੇ ਐਜੂਕੇਸ਼ਨ ਹੋਵੇ, ਸਭਨਾਂ ਵਾਸਤੇ ਬਿਜਲੀ ਹੋਵੇ, ਸਭਨਾਂ ਵਾਸਤੇ ਸਿਹਤ ਸਹੂਲਤ ਦੀ ਗਰੰਟੀ ਹੋਵੇ, ਸਭਨਾਂ ਵਾਸਤੇ ਅਨਾਜ ਦੀ ਗਰੰਟੀ ਹੋਵੇ, ਇਸ ਗੱਲ ਵਾਸਤੇ ਅਸੀਂ ਲਾਮਬੰਦੀ ਕਰ ਰਹੇ ਹਾਂ, ਤਿਆਰੀ ਕਰ ਰਹੇ ਹਾਂ ਤਾਂ ਕਿ ਕਿਸਾਨਾਂ ਦੀ, ਮਜ਼ਦੂਰਾਂ ਦੀ, ਹੋਰ ਛੋਟੇ ਕਾਰੋਬਾਰੀਆਂ ਦੀ, ਪ੍ਰਚੂਨ ਵਪਾਰ ਵਾਲਿਆਂ ਦੀ ਇੱਕ ਸਾਂਝੀ ਲਹਿਰ ਬਣੇ, ਸਰਕਾਰ ਦੇ ਖਿਲਾਫ਼ ਬਣੇ।
ਵੋਟਾਂ ਦੇ ਨਾਲ ਜਿਹੜੀਆਂ ਸਰਕਾਰਾਂ ਜਾਂ ਪਾਰਟੀਆਂ ਆਉਂਦੀਆਂ ਨੇ ਉਹ ਕਿਸਾਨ ਘੋੜ ਨੇ ਇਸ ਗੱਲ 'ਤੇ ਮੋਹਰ ਲਾ ਦਿੱਤੀ ਕਿ ਇਹ ਬਦਲ ਬਦਲ ਕੇ ਆਉਣ ਵਾਲੀਆਂ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਨਹੀਂ ਕਰਦੀ, ਇਹ ਸਾਮਰਾਜੀਆਂ ਦੀਆਂ ਕਾਰਪੋਰੇਟ ਘਰੇ ਚੱਕਰੀ ਕਰਦੀਆਂ ਨੇ, ਇਸ ਕਰਕੇ ਇਹਨਾਂ ਦੇ ਮੁਕਾਬਲੇ 'ਤੇ ਲੋਕਾਂ ਦੀ ਪੁੱਗਤ ਲੋਕਾਂ ਦੀ ਬੁੱਕਤ ਵਾਲੀ ਲੋਕ ਤਾਕਤ ਬਣਾਉਣ ਵਾਸਤੇ ਅਸੀਂ ਮਜ਼ਦੂਰਾਂ ਦੇ ਵੀ ਜ਼ੋਰ ਲਾ ਰਹੇ ਹਾਂ। ਧੰਨਵਾਦ।